ਕੇ ਰਹਾਂਗੇ, ਕੱਟ ਕੇ ਰਹਾਂਗੇ, ਕੱਟ ਕੇ ਰਹਾਂਗੇ, ਮੋਦੀ ਦੀ ਤੌਣ ਤੋਂ ਕਿੱਲਾ ਕੱਟ ਕੇ ਰਹਾਂਗੇ, ਕੱਟ ਕੇ ਰਹਾਂਗੇ, ਕੱਟ ਕੇ ਰਹਾਂਗੇ, ਸਾਡਾ ਏਕਾ ਜਿੰਦਾਬਾਦ, 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 ਦਿੱਲੀ ਦੀ ਤੌਣ ਤੋਂ ਕਿੱਲਾ ਕੱਟ ਕੇ ਰਹਾਂਗੇ, ਕੱਟ ਕੇ ਰਹਾਂਗੇ, ਕੱਟ ਕੇ ਰਹਾਂਗੇ, ਖੱਟੜ ਸਰਕਾਰ ਮੁਰਦਾਬਾਦ, ਮੁਰਦਾਬਾਦ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਭਰ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਨੇ ਅਤੇ ਖਨੌਰੀ ਅਤੇ ਸ਼ੰਭੂ ਬਾਰਡਰ ਸਮੇਤ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਰੋਹ ਪਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਇਸ ਦੇ ਮੱਦੇਨਜ਼ਰ ਮਲੋਟ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਪੁਤਲੇ ਫੂਕੇ ਨੇ ਅਤੇ ਰੋਸ ਮੁਜ਼ਾਹਰਾ ਕੀਤਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਕਈ ਮੰਗਾਂ ਨੇ ਜੋ ਕੇਂਦਰ ਦੇ ਨਾਲ ਸੰਬੰਧਿਤ ਨੇ ਅਤੇ ਉਹਨਾਂ ਮੰਗਾਂ ਦੇ ਮੱਦੇਨਜ਼ਰ ਹੀ ਸ਼ਾਂਤਮਈ ਤਰੀਕੇ ਨਾਲ ਕਿਸਾਨ ਦਿੱਲੀ ਜਾਣ ਦੀ ਕੋਸ਼ਿਸ਼ ਦੇ ਵਿੱਚ ਸੀ, ਲੇਕਿਨ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਜਿਸ ਦੇ ਮੱਦੇਨਜ਼ਰ ਹੀ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਤਲੇ ਫੂਕੇ ਗਏ ਨੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਔਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਪੁਤਲਾ ਫੂਕਿਆ ਹੈ। ਇਹ ਪੁਤਲਾ ਫੂਕਣ ਦਾ ਸਾਨੂੰ ਅੱਜ ਲੋੜ ਪਈ, ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਹੈ ਜੋ ਕੇਂਦਰ ਨਾਲ ਸੰਬੰਧਿਤ ਹੈ। ਉਸ ਮੰਗਾਂ ਦੇ ਦੌਰਾਨ ਸਾਡੀਆਂ ਕੁਝ ਜਥੇਬੰਦੀਆਂ ਜਿਹੜੀਆਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਉਹਨਾਂ 'ਤੇ ਹਰਿਆਣੇ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਨੇ ਰਲ ਕੇ ਆੜਮਨੁੱਖੀ ਅੰਨਾ ਤਸ਼ੱਦਦ ਕੀਤਾ, ਉਹਨਾਂ 'ਤੇ ਲਾਠੀਚਾਰਜ ਕੀਤਾ, ਉਹਨਾਂ ਦੇ ਟਰੈਕਟਰ ਭੰਨੇ ਹੈ ਔਰ ਉਹਨਾਂ ਦਾ ਜ਼ਿਆਦਾ ਉਹਨਾਂ ਨੂੰ ਫੱਟੜ ਕੀਤਾ ਅਤੇ ਉਹ ਜਮ੍ਹਾਂ ਜ਼ੁਲਮ ਦੀ ਇੰਤਹਾ ਕਰਦਿਆਂ ਪਰਸੋਂ ਉਹਨਾਂ ਨੇ ਇੱਕ ਸਾਡਾ ਨੌਜਵਾਨ ਵੀਰ ਸ਼ੁਭਕਰਨ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਸੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ, ਬੇਸ਼ੱਕ ਕੁਝ ਜਥੇਬੰਦੀਆਂ ਸੰਯੁਕਤ ਮੋਰਚੇ 'ਚੋਂ ਬਾਹਰ ਹੋ ਕੇ ਲੜਾਈ ਲੜਨ ਗਈਆਂ, ਪਰ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਮਾਜ ਦੇ ਸਾਰੇ ਵਰਗਾਂ ਦੀਆਂ ਮੰਗਾਂ ਇੱਕ ਨੇ, ਕਿਸਾਨ ਮਜ਼ਦੂਰ ਅਸੀਂ ਸਾਰੇ ਇੱਕ ਹਾਂ। ਜੇ ਸਾਨੂੰ ਸਰਕਾਰ ਇਹ ਸਮਝਦੀ ਹੈ ਕਿਤੇ ਇਹ ਅੱਡ ਹੋ ਗਏ, ਇਹਨਾਂ 'ਚ ਵਖਰੇਵੇਂ ਹੋ ਗਏ, ਬਿਲਕੁਲ ਅਸੀਂ ਸਾਰੇ ਇਕੱਠੇ ਹਾਂ। ਉਹ ਕਿਸਾਨ ਸਾਡੇ ਹਰਿਆਣੇ ਦੀ ਬਾਰਡਰ 'ਤੇ ਲੜਾਈ ਲੜ ਰਹੇ ਆ, ਅਸੀਂ ਅੱਜ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ, ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ ਅੱਜ 4 ਥਾਵਾਂ 'ਤੇ, ਮੁਕਤਸਰ, ਮਲੋਟ ਔਰ ਗਿੱਦੜਵਾ, ਅਸੀਂ ਇਹ ਪੁਤਲੇ ਫੂਕੇ ਔਰ ਸਰਕਾਰ ਨੂੰ ਦੱਸਿਆ ਹੈ ਕਿ ਸਾਨੂੰ ਜਦੋਂ ਵੀ ਸੰਯੁਕਤ ਮੋਰਚਾ ਕਾਲ ਦਿੰਦਾ ਜਿਸ ਤਰ੍ਹਾਂ ਦੀ ਵੀ, ਉਹ ਅਸੀਂ ਲਾਗੂ ਕਰਨ ਲਈ ਤਿਆਰ ਹਾਂ। ਇਸੇ ਲੜੀ ਦੇ ਤਹਿਤ ਆਉਣ ਵਾਲੀ 26 ਤਰੀਕ ਨੂੰ ਅਸੀਂ ਇੱਕ ਸਰਕਾਰ ਨੂੰ ਟਰੈਕਟਰ ਰੋਸ ਮਾਰਚ ਕਰਕੇ ਦੱਸਣਾ ਕਿ ਇਹ ਜਿਹੜੇ ਸਾਡੇ ਟਰੈਕਟਰ ਆ ਕਦੇ ਵੀ ਦਿੱਲੀ ਨੂੰ ਮੂੰਹ ਕਰ ਸਕਦੇ ਆ। NSA ਲਾ ਕੇ ਤਾਂ ਵੇਖੇ, ਜੇ NSA ਸ਼ੁਰੂ ਕਰਦੀ ਆ ਤਾਂ ਜੇਲ੍ਹ ਭਰੋ ਅੰਦੋਲਨ ਸਾਨੂੰ ਸੌਖਾ ਹੈ। ਸਾਨੂੰ ਟਰੈਕਟਰ ਟਰਾਲੀਆਂ ਲਿਜਾਣੀਆਂ ਨਾ ਪੈਣਗੀਆਂ, ਸਾਨੂੰ ਰਸਤ ਲਿਜਾਣੀ ਨਾ ਪਊਗੀ। ਇਹ NSA ਲਾਵੇ ਨਾਲ ਦੀ ਨਾਲ ਹੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਕੇ ਨਾ, ਅਤੇ ਇਹਨਾਂ ਦੇ ਨਾਨਕੇ ਯਾਦ ਕਰਾ ਦਿਆਂਗੇ, ਕਿੰਨਿਆਂ ਕੁ ਨੂੰ ਜੇਲ੍ਹਾਂ 'ਚ ਲੈ ਜਾਣਗੇ, ਕੀ ਕਰ ਦੂ NSA। ਕਿਸਾਨ ਜਾਗਰੂਕ ਹੈ, ਅੱਗੇ ਇਹਨਾਂ ਨੂੰ ਡਰ ਹੁੰਦਾ ਸੀ ਪਰਚਿਆਂ ਦਾ, ਹੁਣ ਸਾਡੇ ਕਿਸਾਨ ਵਕੀਲ ਹੈ, ਸਾਡੇ ਕਿਸਾਨ ਜੱਜ ਹੈ, ਸਾਡੇ ਕਿਸਾਨ ਮਾਸਟਰ ਹੈ, ਸਾਡੇ ਕਿਸਾਨ ਡਾਕਟਰ ਹੈ, ਸਾਡੇ ਸਾਇੰਟਿਸਟ ਹੈ। ਹਰੇਕ ਗੱਲ ਦਾ ਜਵਾਬ ਅਸੀਂ ਇਹਨਾਂ ਨੂੰ ਦੇਵਾਂਗੇ, ਨਾ ਅੱਜ ਰੱਖੀਏ ਨਾ ਕੱਲ੍ਹ ਰੁਕੀਏ, ਬਿਗਲੇ ਦਾ ਵੱਧ ਚੁੱਕਿਆ। ਇਹ ਅੱਜ ਜਿਹੜਾ ਪ੍ਰੈਸਟ ਕੀਤਾ ਜਾਂਦਾ ਹੈ ਆਪਣੇ ਸ਼ਾਂਤਮਈ ਦੇ ਹਿਸਾਬ ਨਾਲ, ਜਿਹੜੇ ਕਿਸਾਨ ਨੇ ਉੱਥੇ ਚੱਲੇ ਹੀ ਦਿੱਲੀ ਇਹਨਾਂ ਮੁੰਡਿਆਂ ਨੂੰ ਮਾਰ ਮਾਰ ਗੋਲੀਆਂ, ਆਪਾਂ ਸਾਰੇ, ਤੁਸੀਂ ਮੇਰੇ ਪੱਤਰ ਕੀ ਕਾਰਾਂ ਵੀਰਾਂ ਨੂੰ ਪਤਾ, ਉਹਦੇ ਅੱਜ ਇਹ ਬਾਲੇ ਵੱਲੋਂ ਸੰਯੁਕਤ ਮੋਰਚੇ ਦੀ ਮੀਟਿੰਗ 'ਤੇ ਜੋ ਸੱਦਾ ਆਇਆ, ਪੁੱਤਰੇ ਸਾੜਨ ਦਾ, ਹਰ ਇੱਕ ਥਾਂ ਸਾੜਾਂਗੇ। ਪਰ ਬਾਕੀ ਜਿੰਨੇ ਵੀ ਕਿਸਾਨ ਮਜ਼ਦੂਰ, ਮੇਰੇ ਦੁਕਾਨਦਾਰ ਵੀਰ ਜਿਵੇਂ ਤਸ਼ੱਦਦ ਕੀਤਾ,
ਸਭ ਦਾ ਜਿਹੜਾ ਮਾਣ ਹੈ ਉਹ ਦੁਖੀ ਹੈ। ਦੁਖੀ ਹੁੰਦਿਆਂ ਜੋ ਵੀ ਸਾਨੂੰ ਸੱਦਾ ਆਵੇਗਾ ਦਿੱਲੀ ਚੱਲਾਂਗੇ, ਉਵੇਂ ਉਵੇਂ ਅਸੀਂ ਕਾਰਵਾਈ ਕਰਾਂਗੇ। ਟਰੈਕਟਰ ਮਾਰਚ ਹੋਵੇ ਜਾਂ ਪੁਤਲੇ ਸਾੜਨ ਦਾ ਹੋਵੇ, ਅਸੀਂ ਡਟ ਕੇ ਇਸ ਗੱਲ 'ਤੇ ਮਹਿਰ ਕਰਾਂਗੇ। ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ਆਉਣ ਵਾਲੀ 26 ਤਾਰੀਖ ਨੂੰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਵੀ ਕੀਤਾ ਜਾਵੇਗਾ ਅਤੇ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਂਪੰਚਾਇਤ ਵੀ ਕੀਤੀ ਜਾ ਰਹੀ ਹੈ। ਜਗਬਾਣੀ ਟੀਵੀ ਲਈ EH ਟੋਡੀ ਦੀ ਰਿਪੋਰਟ।